ਚੱਲ ਮਿੰਟਾਂ ਲਈ ਹੱਥ ਮੇਰੇ ਕਹਿੰਦਾ ਸੋਚਿਆ ਜੀ ਤੁਸੀਂ ਗੱਲ ਦਾ ਧਾਰ ਦਿਓ ਉੱਠ ਕੇ ਬੈਠ ਕੇ ਪਰ ਮੈਨੂੰ ਲੱਗਦਾ ਨਹੀਂ ਸੀ ਜੇ ਅਸੀਂ ਜਲਦੀ ਜਾਣਗੇ ਉਹ 19 ਤਰੀਕ ਦੀ ਸਾਡੀ ਲਾਸਟ ਮੀਟਿੰਗ ਸਾਡੇ ਵਾਸਤੇ ਜਾਣਕਾਰੀ ਬਣਦੀ ਜਦ 23 ਤਰੀਕ ਨੂੰ ਪਤਾ ਲੱਗਿਆ ਸਾਡੇ ਹੋ ਸਕੇ ਕਿ ਕੀ ਭਾਰਾ ਪੱਟ ਗਿਆ ਪ੍ਰਿੰਸੀਪਲ ਸਾਹਿਬ ਵੱਲੋਂ ਅਸੀਂ ਸਾਰਾ ਕੰਮ ਸਾਡਾ ਲਾਭ ਹੋ ਗਿਆ ਸਾਨੂੰ ਅਜੇ ਵੀ ਯਕੀਨ ਹੋ ਰਿਹਾ ਜਦੋਂ ਸਾਡੇ ਤੋਂ ਚਲੇ ਗਏ ਕਿ ਉਹਨਾਂ ਦਾ ਪਿਆਰ ਹੀ ਨਹੀਂ ਸੀ ਸੋ ਤੇਰੇ ਸਾਹਿਬ ਨੇ ਕਿਹਾ ਸੀ ਤੁਸੀਂ ਵੀ ਬੋਲਿਆ ਦੱਸਾਂ ਜ਼ਿਆਦਾ ਨਹੀਂ ਬੋਲਣਾ ਮੈਂ ਬਿਲਕੁਲ ਮੈਂ ਤੁਹਾਡਾ ਟਾਈਮ ਲੈ ਗਿਆ ਮੈਂ ਮਾਫ਼ੀ ਚਾਹੁੰਦਾ ਜਿੰਨੇ ਵੀ ਇੱਥੇ ਸੱਜਣ ਮਿੱਤਰ ਆਏ ਨੇ ਪ੍ਰਿੰਸੀਪਲ ਸਾਹਿਬ ਅਰਦਾਸ ਦੇ ਵਿੱਚ ਇਕੱਠੇ ਹੋਏ ਨੇ ਉਹਨਾਂ ਦੇ ਮਨ ਵਿੱਚ ਬਹੁਤ ਕੁਝ ਹੈ ਔਰ ਉਹ ਪਿਆਰ ਇੱਕ ਦੁੱਖ ਲੈ ਕੇ ਆਏ ਨੇ ਮੈਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਸੱਚੇ ਪਾਤਸ਼ਾਹ ਪ੍ਰਿੰਸੀਪਲ ਸਾਹਿਬ ਨੂੰ ਆਪਣੇ ਚਰਨਾਂ 'ਚ ਮਾਫ਼ ਬਖਸ਼ੀ ਪਰਮਾਤਮਾ ਨੂੰ ਭਾਣਾ ਹੁੰਦਾ ਬਲ ਬਖਸ਼ਿਓ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ ਪੰਜਾਬ ਦੁਨੀਆ ਦਾ ਖੂਬਸੂਰਤ ਖਿੱਤਾ ਜਿੱਥੇ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਰੁੱਤਾਂ ਮਾਲਦੀਆਂ ਨੇ ਕਿਸੇ ਖਿੱਤੇ 'ਚ ਦੁਨੀਆ ਦੇ ਵਿੱਚ ਇੰਨੀਆਂ ਰੁੱਤਾਂ ਨਹੀਂ ਬਦਲਦੀਆਂ ਅਤੇ ਉਹ ਖੂਬਸੂਰਤ ਖਿੱਤੇ ਤੋਂ ਹਰ ਬੰਦਾ ਉਡਾਰੀ ਮਾਰਨਾ ਚਾਹੁੰਦਾ ਹਰ ਬੱਚਾ ਆਈਲੈਟਸ ਕਰਕੇ ਵਿਦੇਸ਼ ਦੌੜ ਜਾਣਾ ਚਾਹੁੰਦਾ ਕਿਉਂਕਿ ਮਜਬੂਰੀ ਹੈ ਨਾ ਕਾਨੂੰਨ ਦਾ ਰਾਜ ਹੈ ਨਾ ਆਲੇ ਦੁਆਲੇ ਕੋਈ ਨੈਚਰਲ ਕੁਦਰਤੀ ਸਾਧਨਾਂ ਦੀ ਜਿਹੜੀ ਬਰਬਾਦੀ ਹੋ ਰਹੀ ਹੈ ਉਹਨੂੰ ਰੋਕਣ ਦੀ ਕੋਈ ਜਦੋਂ ਜਾਇਦਾ ਜੇ ਇਹ ਨਾ ਬੱਚਿਆ ਤਾਂ 3.5 ਕਰੋੜ ਪੰਜਾਬੀਆਂ ਨੇ ਨਹੀਂ ਬਚਣਾ ਬਿਮਾਰੀ ਦੇ ਰਾਹ ਜਾਣਗੇ ਬਹੁਤੇ ਇਸ ਪਾਸੇ ਸੋਚਣਾ ਸ਼ਾਇਦ ਪ੍ਰੋਫੈਸਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੋਏਗੀ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਆਪਾਂ ਅੱਜ ਪ੍ਰੋਫੈਸਰ ਜਸਵੰਤ ਸਿੰਘ ਬਾਰੇ ਜੋ ਇਹ ਗੱਲਾਂ ਸੁਣ ਰਹੇ ਹਾਂ ਹੁਣ ਤੱਕ ਜਿੰਨੇ ਵਕਤਾਂ ਨੇ ਦਿੱਤੀਆਂ ਨੇ ਉਹ ਬਹੁਤ ਥੋੜ੍ਹੀਆਂ ਲੱਗ ਰਹੀਆਂ ਨੇ ਮੈਨੂੰ ਇਹ ਲੱਗਿਆ ਬੈਠੇ ਨੂੰ ਕਿਉਂਕਿ ਮੇਰਾ ਵੀ ਮੈਂ ਸ਼ਹਿਰ ਕੇਸ ਕਾਲਜ 'ਚ ਆਇਆ ਸੀ ਉਸ ਤੋਂ ਬਾਅਦ ਮੇਰਾ ਬਾਹਰ ਹੈ ਸਾਰੇ ਇਹਨਾਂ ਨਾਲ ਅਤੇ ਸਾਰੇ ਛੋਟੇ ਨੇ ਮੈਂ ਮਹਿਸੂਸ ਕਰ ਰਿਹਾ ਵੀ ਜੋ ਜਸਵੰਤ ਸਿੰਘ ਐਕਚੁਅਲੀ ਸੀ ਇਹ ਦੱਸ ਨਹੀਂ ਸਕੇ ਇਹਨਾਂ ਦਾ ਮਨ ਇੰਨਾ ਭਰਿਆ ਹੋਇਆ ਮਨ ਇਹਨਾਂ ਦਾ ਇੰਨਾ ਇਹ ਸੋਚ ਰਹੇ ਵੀ ਮੈਂ ਇਹ ਗੱਲ ਦੱਸਾਂ ਜਾਂ ਉਹ ਦੱਸ ਕਿਉਂਕਿ ਉਹਨਾਂ ਨੇ ਗਰੀਬਾਂ ਦੀ ਵਿਦਿਆਰਥੀਆਂ ਦੀ ਸੇਵਾ ਕੀਤੀ ਹੈ ਬੜਾ ਕੁਛ ਬੁਲਾ ਰਹੇ ਹੋਇਆ ਬੜਾ ਕੁਛ ਬੋਲਿਆ ਜਾ ਸਕਦਾ ਕਿਉਂਕਿ ਐਸੀਆਂ ਤਕਲੀਫਾਂ ਬੜੀਆਂ ਘੱਟ ਹੁੰਦੀਆਂ ਨੇ ਜਿਹਨਾਂ ਦੇ ਨਾਲ ਦਸ ਸਾਲ ਤਕਰੀਬਨ 25 ਸਾਲਾਂ ਤੋਂ ਬਾਅਦ ਵਾਪਸਾ ਕਰਦਾ ਆ ਰਿਹਾ ਜੋ ਕਹਿਣਾ ਉਹ ਕਰਨਾ ਕਿਉਂਕਿ ਗਰੀਬਾਂ ਦੀ ਮਦਦ ਕਰਨ ਵਾਲੇ ਸਾਲ ਬਹੁਤ ਘੱਟ ਹੁੰਦੇ ਨੇ ਇਹਨਾਂ ਦੇ ਹਿੱਸੇ ਹੈ ਜਰਨੈਲ ਜੀ ਸਾਡੇ ਦੋਨੇ ਬੱਚੇ ਆਲਮਦੀਪ ਮਨਪ੍ਰੀਤ ਔਰ ਮੇਰੀ ਭੈਣ ਜਸਪ੍ਰੀਤ ਵੱਲੋਂ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਸਾਡੇ ਸਿਰਬੱਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਹੁਣ ਆ ਪਿਛਲੇ 8-10 ਦਿਨਾਂ ਤੋਂ ਸਾਡੇ ਗੁਰੂ ਦੇ ਵਿੱਚ ਸ਼ਾਮਿਲ ਹੋਏ ਹੋ ਕਿਉਂਕਿ ਜਿਵੇਂ ਕਹਾਵਤ ਦਾ ਵੀ ਦੁੱਖ ਇਕੱਠੇ ਹੋਇਆ ਤਾਂ ਦੁੱਖ ਘੱਟ ਜਾਂਦਾ ਹੈ ਖੁਸ਼ੀ ਵੱਧਦੀ ਆ ਤੁਸੀਂ ਸਾਡਾ ਦੁੱਖ ਘਟਾਉਣ ਆਏ ਹੋ ਉਮੀਦ ਆ ਅੱਗੇ ਤੋਂ ਵੀ ਇਹਨਾਂ ਬੱਚਿਆਂ ਦੇ ਸਿਰ 'ਤੇ ਇਸੇ ਤਰ੍ਹਾਂ ਸਾਰੇ ਭੈਣ ਭਰਾ ਅਤੇ ਰਿਸ਼ਤੇਦਾਰ ਹੱਥ ਰੱਖੋਗੇ ਔਰ ਮੈਂ ਦੁਬਾਰਾ ਫਿਰ ਸਾਡੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ Thank you.
Yeah.
सबको जासी
अब की बार बख्श बल्ले को बहुत ना पाउडर फेरा। पंत कबीर जी मारो रविंदर बड़े प्यास है मनुखता सोझी देन है तन रूपी पिंड के उत्ते गल मुका के साडा पिंड साडा नगर साडा शहर किसी गलों साडे खिलाफ हो जाए तो बड़े लोग ऐसे ने जिहड़े उस पिंड नूं छड जांदे किते होर चले जांदे जां कोई रोजी रोटी की दिक्कत आ गई मजबूरी आ गई अपना पिंड शहर घर मुल्क भी छड जांदे ने लोग दूजे मुल्क चले जांदे पर इत्थे कोई मजबूरी नहीं इत्थे गुरु प्यारिओ समय के मुताबिक इस नाशवंत शरीर का जिहड़ा घटना है वह तय है ते जदों ये शरीर घटदा है जिथे इस शरीर विच ज्ञान इंद्रे ने पंज तत् ने पंज विकार ने पंज धातु ने उत्थे गुरमुख प्यारिओ इस शरीर के अंदर कर्म इंद्रे ने इस समुचे समूह नूं मिला के किते जाके शरीर बन बाबा जी कहते बाबा अब ना बसो यह गाँव मैं हूँ इस शरीर रूपी पिंड विच रहना नहीं चाहता कारण बड़ा वड्डा कारण दस विजन बहुत वड्डा है कभी कभी का लेखा मांग है मैं सुने कि जिस मालक ने सुहासा की पूंजी दे के भेजे वो देख एक कभी का देख एक पल का लेखा मंगता है कि वह सर्वभागी हो सर्वभागी हो मतमल जी के बाल हो पहले बाल जी ने देवी गावा जीव कर फिर दोहरा के बिहार जो शरीर है एक पिंड है जो कोई सुन रही जब कोई मन तैयारी
ਮੈਂ ਫਿਰ ਇਸ ਸੰਗਠਨ ਵਿੱਚ ਰਹਿ ਕੇ ਕੀ Thank you.
ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੇ ਮਾਂ ਬਾਪ ਨੂੰ ਸਾਥ ਦੇ ਹੱਥੀ ਵਿੱਚ ਆਪਣੇ ਹੱਥ ਕਮਾ ਕੇ ਘਰੇ ਆਉਣਾ ਵਾਸਤੇ
Yeah.
जहान तो विदा होता है तो उसके जान का दुख हर उस व्यक्ति को होता है जिस किसी का जिस तरह का भी उस रिश्ता होता है, पर जो दुख उस परिवार को होता है उसके हम सफर को होता है उन्होंने बच्चों को होता है भैन भरावान होता है ना तो उस दुख की कोई सीमा होती है तो ना ही उस ज्ञान किया जा सकता है। उसको सिर्फ तो सिर्फ वही शख्स महसूस कर सकता है जिस नाते वाह, पर जो वो शख्स प्रोफेसर जसवंत सिंह हो जिसकी सारी जिंदगी का मकसद अपने विद्यार्थियों के नाल खड़ना लोक सेवा, तो कई बार दोस्तियों वास्ते विद्यार्थियों वास्ते किसी मर्यादा को पार करके भी उन्होंने नाम करना हो उस वक्त कुदरती तौर पर वह साडे वर्गे हजारा विद्यार्थियों का अपना दुख हो जाता है। प्रोफेसर जसवंत उन्होंने बारे जो अभी गल करिए यह परिवार भी उन्होंने लखा परिवारों में से जिन्होंने 47 की वंड का संताप भोगना पड़ा, तो इस परिवार ने समराले के नेड़े नागरा पिंड को अपनी मुड़ स्थापनी के लिए संघर्ष करते हैं। बहुत थोड़े समय के यह साबित किया कि जो मंजिल तय हो गए तो फासले दूर नहीं होंगे। सरदार बचन सिंह जो इन्होंने नेता से विद्या के सीम प्रेमी से तो उन्होंने एक दृढ़ निश्चय से कि मैं अपने बच्चों को पढ़ा के जिंदगी का कोई मुकाम मिले ना मिले पर उन्होंने चंगे इंसान बनाया, तो उसका नतीजा यह होया कि 9 भैन भरावों में 8 सरकारी उच्च अहुदों पर सेवा होए जा सेवा कर रहे हैं। तो प्रोफेसर जसवंत 1982 के जो अपनी प्रोफेसनल अध्यापक वजों सेवा शुरू करते हैं तो 36 साल के वक्त 34 साल एक शहर के एक संस्था के जो बताए हो उस शख्स का जो कद होता है वो यह गल तय करता है कोई ना कोई गल सी कि 34 वरिया के जो उन्होंने काम अपनाया जो उन्होंने विद्यार्थी से जो उन्होंने सहयोगी से जो उन्होंने चाहने वाले से कि वह किस कदम उठाते। मैं सिर्फ 2 घटनावान गल समाप्त करनी चाहना। पहली बार मेरा उन्होंने 20 साल तो वह है, मैं 1988 के उन्होंने विद्यार्थी बन के आया थी। लगभग 1990 की गल है कि शिमला के लक्कड़ बाजार के सामू एक टूर के रूप में लैके गए। उदों तक प्रोफेसर जसवंत सिंह एक साढ़े वास्ते मेरे लिए आप टीचर थी। साड़ी कितने शरारत करके उतों जो मार्केट के बाहरी लोग से सू मार वास्ते पे तो प्रोफेसर जसवंत को फासले से खड़े थे। उन्होंने उतों एक दुकान के छठी कट के साथ मूहे होंगे कहा कि किसी ने अगर बढ़ो तो पहला सोचना है मेरे बच्चे मेरे विद्यार्थी। उस बार पहली बार महसूस किया कि हमेशा चुप रहने वाला हर गल से शर्मा के हर गल का जवाब देता अक्सर चुप ना जवाब देने वाले शख्स को हौसला भी है जो दुनिया के निर्णय लोगों को। दूजी घटना 1993 की है, कॉलेज में एक एजुकेशन हो रही थी। हमीर सिंह उस एजुकेशन लीड कर रहा था। पुलिस ने पहला लाठीचार्ज किया तो बाद फायरिंग की। जो लाठीचार्ज से फायरिंग होने का अक्सर गिणती करती जाती है, पर उस समय प्रोफेसर जसवंत के कुछ मैडम कह रही थी साढ़े पॉज कारण का जितने है नहीं किसी गल ला नहीं सके ये 2 टीचर से उन्होंने नाम साढ़े होर स्टाफ मैंबर ने जिस तरह करके साढ़े नाम हमीर सिंह के नाम खड़े। उस वक्त जो पुलिस ने फायरिंग की तो कोई ड्यूटी मजिस्ट्रेट नहीं थी, तो पुलिस बाद उसमें मुक्त नहीं थी। तो प्रोफेसर जसवंत उन्होंने उस रौले के चाहे अपनी गेट पा ले। जब बाद प्रशासन आया तो पुलिस इस गल तो मुकरना चाहती थी कि अभी करिए। तो प्रोफेसर जसवंत वो शख्स से जिन्हें मैंने यही खर्च के खिंच के गया कि मैंने कितने भी जाके कहना पाया वह फायरिंग के जो फोन ने वो मेरे को। उस समय प्रशासन को इस करके झुकना पाया
ਕਿ ਇੱਕ ਸੱਚ ਆਪਣੇ ਵਿਦਿਆਰਥੀਆਂ ਵਾਸਤੇ ਇਸ ਤਰ੍ਹਾਂ ਕਰ ਸਕਦਾ। ਜੋ ਮੇਰੇ ਅਖੀਰ ਮੁਲਾਕਾਤ ਹੈ ਉਹ 16 ਤਰੀਕ ਦੀ ਹੈ ਉਹਨਾਂ ਨਾਲ। ਤਕਲੀਫ ਸੀਗੇ ਬਹੁਤ, ਪਰ ਇੱਕ ਬੰਦਾ ਇੰਨੀ ਗੰਭੀਰ ਬਿਮਾਰੀ ਦੇ ਵਿੱਚ ਜਦੋਂ ਆਪਣੇ ਵਿਦਿਆਰਥੀ ਨਾਲ ਗੱਲ ਕਰ ਰਿਹਾ ਹੈ ਤਾਂ ਉਹਨਾਂ ਦੇ ਇਹ ਸ਼ਬਦ ਸੀ ਜੋ ਮੈਨੂੰ ਉਹਨਾਂ ਦੇ ਅਖੀਰ 'ਚ ਗੱਲਾਂ ਕਰਨ ਤੋਂ ਬਾਅਦ ਗਏ ਕਿ ਬਾਹਰ ਹਨੇਰਾ ਹੋ ਰਿਹਾ, ਤੁਸੀਂ ਟਾਈਮ ਨਾਲ ਵਾਪਸ ਜਾਓ। ਤਾਂ ਮੈਂ ਵਾਪਸੀ 'ਤੇ ਮਹਿਸੂਸ ਕੀਤਾ ਕਿ ਇੱਕ ਸ਼ਖਸ, ਪਤਾ ਨਹੀਂ ਬਹੁਤ ਤਕਲੀਫ ਹੁੰਦੀ ਆ ਉਸ ਵਕਤ ਦੇ ਵਿੱਚ, ਪਰ ਉਹਨਾਂ ਦੇ ਕੋਲ ਤਾਂ ਕਦੇ ਮੈਂ ਆਈ ਨਹੀਂ ਸੀ ਸੁਣੀ, ਅਤੇ ਮੇਰੇ ਘਰ ਦੇ ਵਿੱਚ ਜਦੋਂ ਉੱਥੇ ਮਜ਼ਬੂਰ ਸੀ ਉਹਨਾਂ ਦਾ ਵੀ ਇਹੀ ਕਹਿਣਾ। ਤਾਂ ਮੈਂ ਮਹਿਸੂਸ ਕੀਤਾ ਕਿ ਇੱਕ ਸ਼ਖਸ ਆਪਣੇ ਵਿਦਿਆਰਥੀਆਂ ਲਈ ਪਿਛਲੇ 20 ਸਾਲਾਂ ਤੋਂ ਢਾਲ ਦੇ ਰੂਪ ਵਿੱਚ ਨਾਪ ਕਰਦਾ ਰਿਹਾ, ਉਹ ਹਮੇਸ਼ਾ ਆਪਣੇ ਚਾਹੁਣ ਵਾਲਿਆਂ ਲਈ ਢਾਲ ਬਣਦਾ ਰਿਹਾ, ਚੁੱਪ ਰਹਿ ਕੇ। ਬਹੁਤੇ ਸਵਾਲਾਂ ਦੇ ਜਵਾਬ ਵੀ ਉਹਨਾਂ ਨੇ ਚੁੱਪ ਦੇ ਵਿੱਚ ਦਿੱਤੇ, ਅਤੇ ਜਦੋਂ ਤੁਹਾਡੀ ਢਾਲ ਹੁੰਦੀ ਹੈ ਜ਼ਿੰਦਗੀ ਦੇ ਵਿੱਚ ਤਾਂ ਉਹ ਕਪਤਾਨ ਬੰਦੇ ਵਾਸਤੇ ਕਿੰਨਾ ਗਹਿਰਾ ਹੁੰਦਾ, ਤੁਸੀਂ ਇਹ ਮਹਿਸੂਸ ਕਰ ਸਕਦੇ ਹੋ। ਬਹੁਤ ਸਾਰੀਆਂ ਗੱਲਾਂ ਨੇ ਉਹਨਾਂ ਬਾਰੇ ਨਾ ਮੁੱਕਣ ਵਾਲੀਆਂ, ਪਰ ਮੇਰੇ ਖਿਆਲ ਦੇ ਵਿੱਚ ਉਹ ਬਹੁਤ ਲੰਬੇ ਸਮੇਂ ਤੱਕ ਜਿਸ ਕਿਸੇ ਨਾਲ ਜਿਸ ਤਰ੍ਹਾਂ ਦਾ ਆਪਣਾ ਨਾਲ ਰਾਬਤਾ ਰਿਹਾ ਉਸ ਤਰ੍ਹਾਂ ਸਾਡੇ ਮਨ ਤੋਂ ਸਦੀਵੀ ਜਿਉਂਦੇ ਰਹਿਣਗੇ। ਰੱਬ ਕਿਸੇ ਨੇ ਦੇਖਿਆ ਵੀ ਹੈ, ਕਹਿੰਦੇ ਰੱਬ ਅਦੇਖਿਕ ਰੂਹ ਹੈ ਅਤੇ ਇਨਸਾਨ ਦੇ ਵਿੱਚੋਂ ਵੀ ਰੂਹ ਨਿਕਲਦੀ ਹੈ, ਅਤੇ ਇਹ ਰੂਹ ਵੀ ਉਸ ਰੂਹ ਨਾਲ ਜਦੋਂ ਇੱਕਮਿਕ ਹੋਈ ਹੈ, ਉਸ ਰੂਹ ਵਿੱਚ ਬਲੀਨ ਹੋਈ ਹੈ, ਰੱਬ ਅਤੇ ਰੂਹ ਜਦੋਂ ਮਿਲੇ ਨੇ ਤਾਂ ਮੈਂ ਮਹਿਸੂਸ ਕਰਦਾ ਕਿ ਰੱਬ ਅਤੇ ਰੂਹ ਇੱਕ ਨੇ, ਦੋਵੇਂ ਗੱਲਾਂ ਕਰਨ ਫਰਿਸ਼ਤੇ। ਰੂਹ ਵਿੱਚ ਰੱਬ ਹੈ, ਰੱਬ ਵਿੱਚ ਰੂਹ ਹੈ, ਵੱਖੋ ਵੱਖ ਨੇ ਰਿਸ਼ਤੇ, ਮਰਨੋ ਬਾਤ ਵੀ ਨਹੀਂ ਰੁਕਦੇ, ਇਹ ਰੂਹਾਂ ਦੇ ਰਿਸ਼ਤੇ। ਇਹੋ ਜਿਹਾ ਰਿਸ਼ਤਾ ਹਮੇਸ਼ਾ ਸਾਡਾ ਉਹਨਾਂ ਨਾਲ ਸਲਾਮ ਰਹੇਗਾ। ਮੈਂ ਬੇਨਤੀ ਕਰਾਂਗਾ ਪ੍ਰੋਫੈਸਰ ਮੁਖਤਿਆਰ ਸਿੰਘ, ਜੋ ਲੰਬੇ ਸਮੇਂ ਤੋਂ ਉਹਨਾਂ ਦੇ ਸਹਿਯੋਗੀ ਰਹੇ ਨੇ, ਉਹਨਾਂ ਦੇ ਇਲਾਕੇ ਦੇ ਨੇ, ਕਿ ਉਹ ਚੰਦ ਮਿੰਟਾਂ ਲਈ ਆਪਣੇ ਅੱਜ ਆਪਾਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਤਰਨਾ ਸਿੰਘ ਜੀ ਅੰਤਮ ਅਰਦਾਸ ਦੇ ਵਿੱਚ ਲੱਗ ਰਹੇ ਹਾਂ। ਦੋ ਪਹਿਲਾਂ ਬਗੈਰ ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਜੋ ਨਿੱਜੀ ਮੇਰੇ ਨਾਲ ਉਹਨਾਂ ਦੀ ਸਾਹ ਰਹੀ ਏਡੀਫੋਰ ਦੇ ਵਿੱਚ, ਉਹ ਨਾਭੇ ਘਰ ਵਿੱਚ ਆਏ, ਮੈਂ ਏਡੀਫੋਰ ਦੇ ਵਿੱਚ ਐੱਮ ਏ ਕਰਦਾ ਸੀ, ਸਾਨੂੰ ਉਹਨਾਂ ਨੇ ਐੱਮ ਏ 'ਚ ਪੜ੍ਹਾਉਣਾ ਸ਼ੁਰੂ ਕੀਤਾ। ਔਰ ਉਹਨਾਂ ਦੇ ਵਿੱਚ ਜਿਹੜੇ ਗੁਣ ਸੀਗੇ, ਨਿਮਰਤਾ, ਸੱਚ ਬੋਲਣਾ, ਮਿੱਠੀ ਬੋਲੀ ਬਹੁਤ ਹੀ ਘੱਟ ਬੰਦਿਆਂ ਦੇ ਖਾਤੇ ਚੱਲਦੀ ਹੈ। ਸੋ ਪ੍ਰਿੰਸੀਪਲ ਸਾਹਿਬ ਨੇ ਤਿੰਨ ਗੱਲਾਂ ਸਾਨੂੰ ਬਹੁਤ ਹੀ ਚੰਗੀਆਂ ਲੱਗੀਆਂ। ਮੈਂ 98 ਦੇ ਵਿੱਚ ਗੌਰਮੈਂਟ ਕੰਮ ਮੁਕਤਸਰ ਤੋਂ ਨਾਭੇ ਦੇ ਕੋਲ ਆ ਕੇ, ਕਹਿੰਦੇ ਬਹੁਤ ਖੁਸ਼ੀ ਹੋਈ ਕਿਉਂਕਿ ਸਾਡੇ ਪਰਿਵਾਰਕ ਸਾਹ ਸੀ, ਅਸੀਂ ਉਸ ਗਰੀਬ ਪਰਿਵਾਰ ਦੇ ਵਿੱਚੋਂ ਉੱਠ ਕੇ ਇਸ ਸਟੇਜ 'ਤੇ ਪਹੁੰਚੇ, ਮੇਰੇ ਨਾਲ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ। ਕਹਿੰਦੇ ਮੁਖਤਿਆਰ ਆਪਾਂ ਕੋਲ ਪਰਿਵਾਰਾਂ 'ਚੋਂ ਆਏ ਹਾਂ, ਜਦੋਂ ਬਾਪੂ ਜੀ ਉਹਨੇ ਪੜ੍ਹਾਇਆ ਕਰਦੇ ਸੀ, ਲੋਕ ਗੌਰ ਕਰਿਆ ਕਰਦੇ ਸੀ ਇਹਨਾਂ ਨੂੰ ਕਿਉਂ ਪੜ੍ਹਾਉਂਦੇ ਹੋ, ਤੁਸੀਂ ਇਹਨਾਂ ਤੋਂ ਕਿਤੇ ਨੌਕਰੀ ਮਿਲਣੀ ਹੈ, ਤੁਸੀਂ ਡੀਸੀ ਲੱਗਣਾ, ਜੱਜ ਲੱਗਣਾ। ਸੋ ਮੈਂ ਕਿਹਾ ਵੀਰ ਜੀ ਉਹ ਸਮਾਂ ਦੂਰ ਨਹੀਂ, ਅਸੀਂ ਬਾਪੂ ਹੋਣਾ ਨੂੰ ਸਲਾਮ ਕਰਦੇ ਹਾਂ, ਭਾਈ ਸਾਹਿਬ ਇੱਥੇ ਨੇ, ਉਹ ਜ਼ਿਕਰ ਕਰ ਰਹੇ ਸੀਗੇ ਵੀ ਅੱਜ ਉਹ ਬਾਪੂ ਜੀ ਦੇ ਬੋਲ ਸਾਨੂੰ ਯਾਦ ਨੇ, ਪ੍ਰਿੰਸੀਪਲ ਸਾਹਿਬ ਦੀਆਂ ਗੱਲਾਂ ਮੇਰੇ ਯਾਦ ਨੇ, ਜੱਜ ਵੀ ਪਰਿਵਾਰ ਦੇ ਪ੍ਰਿੰਸੀਪਲ ਵੀ, ਟੀਚਰ ਵੀ। ਸੋ ਬਹੁਤ ਕੁਛ ਉਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ, ਅੱਜ ਉਹ ਉਹਨਾਂ ਦੀਆਂ ਗੱਲਾਂ ਸਾਨੂੰ ਹਮੇਸ਼ਾ ਯਾਦ ਰਹਿਣਗੀਆਂ। ਬੱਚੇ ਦੋਨੋਂ ਬੜੇ ਲਾਇਕ ਐਜੂਕੇਸ਼ਨ ਲੈ ਰਹੇ ਨੇ, ਅਜੇ ਜਾਣ ਦਾ ਸਮਾਂ ਨਹੀਂ ਸੀ, ਸਮਾਂ ਬਹੁਤ ਸੇਵਾ ਕਰਨੀ ਸੀ। ਜਦੋਂ ਪਾਰਟੀ ਵਿੱਚ ਐਡਮਿਸ਼ਨ ਹੋਣੀ ਇਹ ਬਹੁਤ ਘੱਟ ਬੰਦਿਆਂ ਦੇ ਯਾਦ ਗੱਲ ਹੁੰਦੀ ਹੈ। ਮੈਨੂੰ ਲਾਉਣ ਮੁਖਿਆ ਲੋਕ ਉਹਨਾਂ ਬੱਚਿਆਂ ਦੀ ਆਪਾਂ ਮਦਦ ਕਰਨੀ ਆ ਕਿ ਫੀਸ ਨਹੀਂ ਭਰ ਸਕਦੇ ਕਿ ਪਾਪਾਂ ਦੇ ਨੇ। ਮੈਂ ਕਿਹਾ ਵੀਰ ਜੀ ਠੀਕ ਹੈ, ਤੁਸੀਂ ਜ਼ਰੂਰ ਕਰੋ ਮੇਰੇ ਨਾਲ। ਪ੍ਰੋਫੈਸਰ ਹਰਿੰਦਰ ਸਿੰਘ ਜੀ ਨੇ ਮੇਰਾ ਸੁਣਿਆ ਸੀ, ਉਹ ਫੜ ਜਾਂਦਾ ਪ੍ਰੋਫੈਸਰ ਹਰਿੰਦਰ ਸਿੰਘ ਹੈ ਜੀ ਫੜਨ ਦੇ ਤਿੰਨ ਚਾਰ ਬੱਚਿਆਂ ਦੇ ਫੜ ਕੇ ਅਸੀਂ ਬਿਨਾਂ ਜਾਤ ਪਾਤ ਤੋਂ ਉੱਪਰ ਉੱਠ ਕੇ ਅਸੀਂ ਕਿਤਾਬਾਂ ਦੇ ਰਹੀਆਂ ਫੀਸਾਂ ਭਰਨੀਆਂ ਕਿ ਲਾਇਬ੍ਰੇਰੀ 'ਚ ਮੈਨੂੰ ਵੀ ਪਤਾ ਉਹਦੇ ਖਾਤੇ 'ਚ ਕਿੰਨੀਆਂ ਕਿਤਾਬਾਂ ਹੋਣਗੀਆਂ। ਸੋ ਕਹਿਣ ਤੋਂ ਬਾਅਦ ਨਾ ਜੀ ਨਾ ਤਾਂ ਉਹਨਾਂ ਨੇ ਕਿਸੇ ਵੀ ਖਾਤੇ 'ਚ ਆਈ ਹੋਈ ਕਾਰਜ ਵਿੱਚ, ਮੈਨੂੰ ਲੱਗਦਾ ਵੀ ਮੈਂ ਪ੍ਰਿੰਸੀਪਲ ਸਾਹਿਬ ਨਾਲ ਗੱਲ ਕੀਤਾ, ਜੋ ਪ੍ਰਿੰਸੀਪਲ ਸਾਹਿਬ ਤੋਂ ਸਿੱਖਿਆ ਲਈ, ਜੋ ਮੈਂ ਇਹਦੇ ਨਿਮਰਤਾ ਦੇਖੀ ਨਹੀਂ ਕਿਤੇ ਵੀ। ਠੀਕ ਆ, ਸੋ ਆਪਣੇ ਆਪਣੇ ਹੁੰਦੇ ਨੇ ਕਾਰਜ ਵਿੱਚ ਮੇਰੇ ਵੀਰ ਪ੍ਰੋਫੈਸਰ ਕੁਲਵੀਰ ਸਿੰਘ ਜੀ, ਪ੍ਰਿੰਸੀਪਲ ਵਿਵੇਕ ਸ਼ਰਮਾ ਜੀ, ਪ੍ਰੋਫੈਸਰ ਜਸਵਿੰਦਰ ਸਿੰਘ ਮੈਂ ਫੜੇ, ਇਹਨਾਂ ਦੇ ਨਾਲ ਮੇਰੇ ਗੁਰੂ ਦੇ ਪ੍ਰੋਫੈਸਰ ਸੋਲਾ ਸਿੰਘ ਜੀ, ਉਹਨਾਂ ਦਾ ਬਹੁਤ ਸਤਿਕਾਰ ਕਰਦੇ ਸੀ ਕਿਉਂਕਿ ਉਹਨਾਂ ਨੇ ਐਮ ਏ ਦਾ ਸਾਲ ਪੜ੍ਹਾਇਆ, ਇਹਨਾਂ ਤੋਂ ਬੜਾ ਕੁਛ ਸਿੱਖਿਆ।
जिन्हें एवं ही जाना है जिदे बाद लोग यह गल कर भी है तो बंदा यहोजा सी कटिया आदमी से जाना पेगा भोग से
रुपया दुनियादारी चढ़ा पेगा जितना कुछ लोगों के भोगों से लोग दुनियादारी के करके जाते हैं कुछ लोगों के भोगों से लोग मुहब्बत करके आते हैं और शायद ये रिश्तों से फर्क है तो अज उन्होंने गाइडेंस भी उस पद्धत की बहुत ज़्यादा जरूरत सी निजी बहुत ज़्यादा संबंध ने क्योंकि जोड़े जमाने मैं कॉलेज आया 84 उदो पंजाब का माहौल बहुत खतरनाक माहौल से एक लंबे किस्म का पहले ही पेपर लेट हो गया क्योंकि ब्लू स्टार ऑपरेशन हो गया दिल्ली के कतलेआम हो गया आए दिन रोज पुलिस मुंडिया चक रही थी चुके कतल भी किए गए इस कॉलेज के बहुत ज़्यादा विद्यार्थी और इस कॉलेज के अलग अलग चीज़ा से लड़ाई सू लड़नी पी तो लड़ाई के किसी ना किसी रूप के अधिक रूप के सपोर्ट जो वक् अध्यापक साहबान की तो बाकी लोगों की होंगी है तो तुम औखा समा भी पार कर जाते हो निधड़क होकर दलेरी के नाल सहनशीलता पेशेंस के नाल शायद ये कॉलेज मेरे ख्याल है उस जमाने के एको एक कॉलेज से जिथे के विद्यार्थी बिना पैसे दिते पुलिस को बंदे छुड़ाते रहे परिवार की देखरेख करते रहे और सारे जोड़े विद्यार्थी से वो एक पीड़ता देने माझे दे चले गए इतने पिंडों के कैंप लाओ तो उत्थे जिहड़ियां घटनावां वापरदियां ने उन्होंने तुम किवें लिखते हो तुम किवें सहयोग लेंदे हो एक दूजे का यह बहुत बड़ा एक नीयत ते नज़रिए की गल होंदी है जे नीयत साफ होवे ते नज़रिया दुरुस्त होवे तो सब चीज़ां शायद हो जांदियां ने इस करके मैं वो लिखिया भी क्योंकि बंदे की कितने दबी हुई खास होंदी है धुर अंदर तक जदों बच्चों के नाम भी रखते हैं तो मानवमीत ते आलमप्रीत जिहड़े दोनों नाम भी ने बहुत छोटी जात तो धर्म तो देश तो खेतर तो छोटिया छोटिया चीज़ों तो उपर रख के आदमी जिहड़ा सोचता है वो सरबत के भले का मन मानवता का सवाल मनुखता का सवाल कितने अंदर छुपया होंगे जिदे चो तुम वो चीज़ा ग्रहण करते हो तो वो सिंबॉलिक तौर पर संकेतक तौर पर समाज के सामने पेश करना चाहते हो आपको अपने तरीकों के नाल और शायद ये चीज़ा ने मेरे बहुत सारे अध्यापक इतने आए हुए हैं जिन्होंने मैं पढ़ाया भी है बहुत सारे वो दोस्त मित्र ने जिहड़ा वो जिहड़े उस मूवमेंटा का हिस्सा भी रहे तो उस तों बाद भी आपस के तालमेल के है और एक गल मैं जिहड़ी चंगी लगती है बहुते दोस्त मित्रों मैं दिंदा जिहड़े उस समय के जमाने के अपने अपने एरिए उन्हां चों 90% मैं यकीन नाल कह सकता कि वो करप्ट नहीं होए वो अपनी जिम्मेवारी तनदेही दे नाल निभा रहे हैं चाहे उन्हां चों स्कूल टीचर ने चाहे वह किसी होर अदारों के गए हैं वो देर किसी खास इंसाना तो खास संस्थावान की होंगी है तो साफ प्रेरणा का सवाल होंगे इस करप्ट सोसायटी के भी जेकर बचे हुए बंदे मिलेंगे तुम पूछने की कोशिश करना कि बैच से तो किड़े लोगों वाले तो कितों आए तो पता लग जाएगा कि इन्हों का मूवमेंटा का ज आपसदारी का की रोल होंगे बंदे की जिंदगी दे रोल दे बहुत वड्डी कंट्रीब्यूशन प्रोफेसर जसवंत सिंह उन्होंने सी और जिन्ना चर सीगे नहीं रहे उन्ना चर तो चलो आप देखते थे सारा कुछ साड़ी हम बेसिक जिम्मेवारी बनती है परिवार के बाकी सारे मामलों के असी उस दुख सुख के हर सूरत के शामिल होने की कोशिश करा जिस पदर की भी किसी भी मुकाम से जिम्मेवारी आए क्योंकि बहुते बारी समाज ये देखता है कि जो चंगा काम करने वाला बंदा चला जाता है उदू बाद जो परिवार कौपण आदियां ने तो बंदे नाल ही दिते तो चंगा काम करना छड़ जाते हैं लोग कि बाकी ने भी की कर लिया तुहानू दौलत बनानी चाहिए सी बहुत ज़्यादा तुहानू अमन मत्ता पैसा चाहिए सी अपनी प्रॉब्लम ज अपन समस्यावान सॉल्व करने ये समाज की लोड़ है तो एको गल कह के मैं खत्म कर दाँगा कि पंजाब इस समय बहुत गंभीर संकट के प्रोफेसर साहब की बीमारी के राह गए हैं पंजाब के कैंसर काला पीलिया वर्गिया बीमारियां बहुत बड़े पद्धर से पैर पसार रही हैं ये किसी एक व्यक्ति का सवाल नहीं साड़ी सोच का सवाल है साड़े नज़रिए का सवाल है सरकार ने जिहड़ी अप्रोच अपनाई है डिवेलपमेंट की उहदा सवाल है साडा खाना जहरीला साडा पीना जहरीला साडा आबो हवा जहरीली है तो वह सारिया चीज़ा टोटल मनुखता का ध्यान कर रही हैं उस पासे वल जिन्हों समूहिक तौर पर सोचने का सवाल है कहनी के तौर पर पवन गुरु पाणी पिता माता धरत महत का मतलब नहीं है कहनी ना काम नहीं चलना करनी के तौर पर यह समूहिक समस्यावान ने यदा निजी हल कोई नहीं है निजी हल डॉक्टरी है डॉक्टर इन्ने पैसे लेंदे ने कि बंदे नहीं इलाज कराने के समर्थ बहुत व्डे पद्धर से इसलिए बीमारियां होने तो किमें रोकनिया ने पंजाब दुनिया का खूबसूरत खिता
जिथे सब तो ज़्यादा दुनिया के रुत्तां मालदियां ने किसी खिते दुनिया के रुत्तां नहीं बदलदियां तो वह खूबसूरत खिते तो हर बंदा उडारी मारना चाहता है, हर बच्चा आईलैट्स करके विदेश दौड़ जाना चाहता है क्योंकि मजबूरी है ना, कानून का राज है ना, आले दुआले कोई नैचुरल कुदरती साधना की जी बर्बादी हो रही है वह रोकने की कोई जदोजहद है, जे ये ना बचिया तो पौने 3 करोड़ पंजाबियों ने नहीं बचना, बीमारी के राह जाएंगे बहुते। इस पास सोचना शायद प्रोफेसर साहब को सच्ची श्रद्धांजलि होएगी। बहुत बहुत मेहरबानी। वाहेगुरु जी का खालसा, श्री वाहेगुरु जी की। असी बंदे की एवैल्यूएशन या मूलांकन उस समय करते हैं जब बंदा बॉडी बदल बदल आप। अज प्रोफेसर जसवंत सिंह बारे जो ये गल्लां सुन रहे हैं हुण तक जिन्ने वक्तां ने कीतियां ने वो बहुत थोड़ियां लग रही ने, मैनू ये लग्या बैठे नूं क्योंकि मेरा भी मैं शहर केस कॉलेज आया कि उस तो बाद मेरा वाह है सारे जिन्हों नाल तो सारे छोटे ने, मैं महसूस कर रहा कि जो जसवंत सिंह एक्चुअली सी ये दस नहीं सके, इन्हों का मन इन्ना भरया वै मन इनका इन्ना ये सोच रहे कि मैं ये गल दसा या वो दसा। सब तो वड्डी गल है कि आपां नूं इक आदत पाउणी चाहीदी है कि इस तो पहला कि बंदा बॉडी बन जाए आपां ये मूलांकन जिहड़ा है वाइस प्रिंसीपल रहे बतौरे प्रिंसीपल उन्होंने अपनी सेवा करवाई है, बाद श्री विशेष तौर पर कोई मौसम जरा करा लिया ज्यादा समय लेना क्योंकि सरकार के सब कुछ की राजस्व कैदमान की बजाय उन्होंने अपना सी क्योंकि जरूरी मीटिंग होने करके उन्होंने वेले काका करते श्री राजस्व उन्होंने हाजिर हुए ने दस उन्होंने हाजिर होया सके
ਸਵੇਰ ਤੋਂ ਮੈਨੂੰ ਸੁਨੇਹਾ ਮਿਲ ਗਿਆ ਕਿ ਉਹ ਸਾਨੂੰ ਛੱਡ ਕੇ ਚਲਾ ਗਿਆ। ਉਹਦੇ ਬਾਅਦ ਗਏ ਸਾਂ, ਸ਼ਾਇਦ ਕੋਈ ਬਹੁਤ ਘੱਟ ਹੁੰਦੇ ਨੇ, ਸਾਨੂੰ ਸਾਰਾ ਕੁਛ ਬਾਰੇ ਪਤਾ। ਮੈਂ ਵੱਖ ਵੱਖ ਪਾਰਟੀਆਂ ਤੋਂ, ਰਾਜਨੀਤਿਕ ਦਲਾਂ ਤੋਂ, ਵੱਖ ਵੱਖ ਯੂਨੀਅਨ ਤੋਂ, ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ, ਪ੍ਰੋਫੈਸਰ ਸਾਹਿਬਾਨ, ਵੱਖ ਵੱਖ ਇੰਸਟੀਟਿਊਸ਼ਨ ਤੋਂ ਟੀਚਰ ਸਾਹਿਬਾਨ, ਮੇਰਾ ਖਿਆਲ ਆ ਕੋਈ ਵੀ ਡਿਪਾਰਟਮੈਂਟ ਐਸਾ ਨਹੀਂ ਹੋਊਗਾ ਜਿਸ 'ਚ ਉਹਨਾਂ ਦੇ ਸਟੂਡੈਂਟ ਕਿਸੇ ਅਧਿਕਾਰੀ ਕਰਮਚਾਰੀ ਦੇ ਤੌਰ 'ਤੇ ਨਾ ਹੋਣ। ਉਹਨਾਂ ਸਾਰੇ ਬੈਂਕਾਂ ਤੋਂ ਆਏ ਹੋਏ ਉਹਨਾਂ ਸਾਰੇ ਅਧਿਕਾਰੀਆਂ ਕਰਮਚਾਰੀਆਂ ਦਾ, ਸਾਡੇ ਸਾਰੇ ਰਿਸ਼ਤੇਦਾਰ ਸਾਹਿਬਾਨ ਦਾ, ਸਾਡੇ ਮਿੱਤਰਾਂ ਦਾ, ਦੋਸਤਾਂ ਦਾ, ਮੈਂ ਆਪਣੇ ਵੱਡੇ ਵੀਰ ਕੁਲਦੀਪ ਜੀ ਵੱਲੋਂ, ਮੇਰੇ ਵੀਰ ਮਨਜੀਤ ਜੀ, ਜਰਨੈਲ ਜੀ, ਸਾਡੇ ਦੋਵੇਂ ਬੱਚੇ ਆਲਮਦੀਪ, ਮਨਪ੍ਰੀਤ ਔਰ ਮੇਰੀ ਭੈਣ ਜਸਪ੍ਰੀਤ ਵੱਲੋਂ ਤੁਹਾਡਾ ਸਾਰਿਆਂ ਦਾ ਜਿਹੜਾ ਤੁਸੀਂ ਕਦਮ ਕਦਮ ਚੱਲ ਕੇ ਆਏ ਹੋ ਸਾਡੇ ਸਿਰਬੱਤ ਸੇ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਉਮੀਦ ਕਰਦਾ ਜਿਸ ਤਰ੍ਹਾਂ ਤੁਸੀਂ ਹੁਣ ਆ ਪਿਛਲੇ 8-10 ਦਿਨਾਂ ਤੋਂ ਸਾਡੇ ਦੁੱਖ ਦੇ ਵਿੱਚ ਸ਼ਾਮਿਲ ਹੋਏ ਹੋ, ਕਿਉਂਕਿ ਜਿਵੇਂ ਕਹਾਵਤ ਆ ਵੀ ਦੁੱਖ ਇਕੱਠੇ ਹੋਏ ਹਨ ਦੁੱਖ ਘੱਟ ਜਾਂਦਾ ਹੈ, ਖੁਸ਼ੀ ਵੱਧਦੀ ਆ, ਤੁਸੀਂ ਸਾਡਾ ਦੁੱਖ ਘਟਾਉਣ ਆਏ ਹੋ। ਉਮੀਦ ਆ ਅੱਗੇ ਤੋਂ ਵੀ ਇਹਨਾਂ ਬੱਚਿਆਂ ਦੇ ਸਿਰ 'ਤੇ ਇਸੇ ਤਰ੍ਹਾਂ ਸਾਰੇ ਭੈਣ ਭਰਾ ਅਤੇ ਰਿਸ਼ਤੇਦਾਰ ਹੱਥ ਰੱਖੋਗੇ। ਔਰ ਮੈਂ ਦੁਬਾਰਾ ਫਿਰ ਸਾਡੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਹੁਣ ਨਾ ਕਰੋ ਇੱਦਾਂ, ਉੱਡ ਜਾ ਉੱਡ ਜਾ।